ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਦੋਸਤੋ, ਮੇਰੇ ਹੱਥ ਦੇ ਵਿੱਚ ਅੱਜ ਫਿਰ ਪਾਸਪੋਰਟ ਹੈ ਅਤੇ ਪਾਸਪੋਰਟ 'ਤੇ ਲੱਗਿਆ ਹੋਇਆ ਕੈਨੇਡਾ ਦਾ ਮਲਟੀਪਲ 10 ਈਅਰ ਵੀਜ਼ਾ। ਇਹ ਵੀਜ਼ਾ ਹੈਗਾ, ਮੇਰੇ ਨਾਲ ਖੜੇ ਨੇ ਚਰਨਜੀਤ ਕੌਰ ਜੀ, ਇਹਨਾਂ ਦਾ ਬੇਟਾ ਸੀਗਾ, ਬੇਟੇ ਦੀ ਕਨਵੋਕੇਸ਼ਨ ਸੀਗੀ ਕੈਨੇਡਾ 'ਚ, ਬਟ ਇਹਨਾਂ ਦੀ ਜਿਹੜੀ ਫਸਟ ਟਾਈਮ ਜਦੋਂ ਫਾਈਲ ਆਈ ਰਿਜੈਕਸ਼ਨ ਸੀਗੀ, ਅਸੀਂ ਇਹਨਾਂ ਨੂੰ ਰਿਜੈਕਸ਼ਨ ਤੋਂ ਬਾਅਦ ਜਿਹੜਾ ਵੀਜ਼ਾ ਲੈ ਕੇ ਦਿੱਤਾ ਹੈਗਾ। ਸੋ ਮੈਡਮ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡਾ ਵੀਜ਼ਾ ਆਇਆ ਹੈਗਾ। ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ ਕੀ ਕਹਿਣਾ ਚਾਹੋਗੇ ਜੀ? ਵੀ ਆਰ ਵੈਰੀ ਥੈਂਕਫੁਲ ਟੂ ਦ ਟੂਰਿਸਟਲ ਇੰਡੀਆ ਟੀਮ ਹੂ ਹੈਲਪ ਅਸ ਗੈਟਿੰਗ ਮਾਈ ਮਦਰਸ ਵੀਜ਼ਾ ਆਫਟਰ ਵਨ ਰਿਜੈਕਸ਼ਨ, ਐਂਡ ਵੀ ਰਿਕਮੈਂਡ ਯੂ ਟੂ ਵਿਜ਼ਿਟ ਦੇਅਰ ਆਫਿਸ ਟੂ ਹੈਲਪ ਯੂਰ ਟੂ ਗੈਟ ਯੂਰ ਹੈਲਪ ਅਬਾਊਟ ਵੀਜ਼ਾ ਕੰਸਲਟੈਂਸੀ। ਥੈਂਕ ਯੂ ਸਰ। ਮੈਡਮ, ਤੁਸੀਂ, ਤੁਹਾਡਾ ਵੀਜ਼ਾ ਆਇਆ ਹੈ ਰਿਫਿਊਜ਼ਲ ਤੋਂ ਬਾਅਦ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬਹੁਤ ਖੁਸ਼ ਹਾਂ, ਮੈਂ ਉੱਥੇ ਜਾ ਕੇ ਆਪਣੇ ਬੇਟੇ ਨੂੰ ਮਿਲ ਸਕਾਂਗੀ। ਅਤੇ ਜਦੋਂ ਤੁਹਾਡੀ ਰਿਜੈਕਸ਼ਨ ਆ ਗਈ ਸੀ, ਮਤਲਬ ਤੁਹਾਨੂੰ ਕੀ ਲੱਗਦਾ ਕਿ ਵੀਜ਼ਾ ਲੱਗ ਜੂ ਜਾਂ ਨਹੀਂ? ਮੈਂ ਬਹੁਤ ਅਪਸੈਟ ਸੀਗੀ, ਹੁਣ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਵੀਜ਼ਾ ਆ ਗਿਆ। ਧੰਨਵਾਦ ਜੀ, ਬਹੁਤ 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 ਸ਼ੁਕਰੀਆ। ਦੋਸਤੋ, ਜੇ ਕਿਸੇ ਦੀ ਰਿਜੈਕਸ਼ਨ ਆ ਜਾਂਦੀ ਹੈ, ਭਾਵੇਂ ਉਹ ਟੂਰਿਸਟ ਵੀਜ਼ਾ ਹੋਵੇ, ਸਟੱਡੀ ਵੀਜ਼ਾ ਹੋਵੇ, ਜਾਂ ਤੁਹਾਡਾ ਓਪਨ ਵਰਕ ਪਰਮਿਟ ਹੈ, ਰਿਜੈਕਸ਼ਨ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡਾ ਮੁੜ ਕੇ ਕਦੇ ਵੀਜ਼ਾ ਨਹੀਂ ਲੱਗਣਾ। ਲੋੜ ਹੁੰਦੀ ਹੈ ਜਿਹੜੇ ਤੁਹਾਡੇ ਡਾਕੂਮੈਂਟਸ ਨੇ ਉਹਨਾਂ ਨੂੰ ਦਰੁਸਤ ਕਰਨ ਦੀ, ਅਤੇ ਲੋੜ ਹੁੰਦੀ ਤੁਹਾਡੇ ਕੇਸ ਨੂੰ ਸਟੱਡੀ ਕਰਨ ਦੀ। ਤੁਸੀਂ ਜੇਕਰ ਰਿਜੈਕਸ਼ਨ ਆ ਜਾਂਦੀ ਹੈ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ। ਸਾਡੇ 4 ਥਾਵਾਂ 'ਤੇ ਆਫਿਸ ਨੇ, ਸਾਡਾ ਮੋਹਾਲੀ ਆਫਿਸ ਹੈ, ਜਲੰਧਰ ਆਫਿਸ ਹੈ, ਸਾਡਾ ਬਰਨਾਲਾ ਆਫਿਸ ਹੈ, ਅਤੇ ਲੁਧਿਆਣਾ ਆਫਿਸ ਹੈ। ਤੁਸੀਂ ਸਾਨੂੰ ਕਿਤੇ ਵੀ ਆ ਕੇ ਜਿਹੜਾ ਆਪਦਾ ਕੇਸ ਡਿਸਕਸ ਕਰਕੇ ਸਾਡੀ ਸਲਾਹ ਲੈ